ਫਿਰੋਜ਼ਪੁਰ ਵਿੱਚ ਪੁਲਿਸ ਦੀ ਗੁੰਡਾਗਰਦੀ ਆਈ ਸਾਹਮਣੇ। ਪੈਟਰੋਲ ਪੰਪ ਦੇ ਕਰਿੰਦੇ ਦੇ ਮੁਲਾਜ਼ਮ ਨੇ ਮਾਰੇ ਥੱਪੜ ਅਤੇ ਆਪਣੀ ਗੱਡੀ ਵਿੱਚ ਬਿਠਾਇਆ। ਪੂਰੀ ਘਟਨਾ ਦੀ ਸੀਸੀਟੀਵੀ ਆਈ ਸਾਹਮਣੇ। ਵੀਡੀਓ ਵਾਇਰਲ ਹੋਣ ਤੇ ਪੁਲਿਸ ਨੇ ਲਿਆ ਸਖਤ ਐਕਸ਼ਨ। ਦੋਨੋਂ ਮੁਲਾਜ਼ਮਾਂ ਨੂੰ ਕੀਤਾ ਲਾਈਨ ਹਾਜ਼ਰ। ਸੂਬੇ ਦੀ ਪੰਜਾਬ ਪੁਲਿਸ ਲਗਾਤਾਰ ਆਪਣੇ ਕਿਸੇ ਨਾ ਕਿਸੇ ਕਾਰਨਾਮੇ ਨੂੰ ਲੈ ਕੇ ਸੁਰਖੀਆਂ ਵਿੱਚ ਆ ਰਹੀ ਹੈ। ਜੇਕਰ ਤਾਜ਼ਾ ਮਾਮਲੇ ਦੀ ਗੱਲ ਕਰੀਏ ਤਾਂ ਤਾਜ਼ਾ ਮਾਮਲਾ ਫਿਰੋਜ਼ਪੁਰ ਤੋਂ ਸਾਹਮਣੇ ਆਇਆ ਹੈ, ਜਿੱਥੋਂ ਦੇ ਇੱਕ ਪੈਟਰੋਲ ਪੰਪ ਤੇ ਦੋ ਵਰਦੀਧਾਰੀ ਪੁਲਿਸ ਮੁਲਾਜ਼ਮ ਪੈਟਰੋਲ ਪੰਪ ਦੇ ਕਰਿੰਦੇ ਦੇ ਥੱਪੜ ਮਾਰਦੇ ਨਜ਼ਰ ਆ ਰਹੇ ਹਨ। ਮਿਲੀ ਜਾਣਕਾਰੀ ਅਨੁਸਾਰ ਪਤਾ ਚੱਲਿਆ ਹੈ ਕਿ ਫਿਰੋਜ਼ਪੁਰ ਦੇ ਮੋਗਾ ਰੋਡ ਤੇ ਸਥਿਤ ਹਰਿਆਲੀ ਪੈਟਰੋਲ ਪੰਪ ਤੇ ਦੋ ਪੁਲਿਸ ਮੁਲਾਜ਼ਮ ਤੇਲ ਪਵਾਉਣ ਲਈ ਆਏ ਸਨ ਅਤੇ ਇਸ ਦੌਰਾਨ ਉਹਨਾਂ ਨੂੰ ਲੱਗਿਆ ਕਿ ਪੈਟਰੋਲ ਪੰਪ ਦੇ ਕਰਿੰਦੇ ਨੇ ਉਹਨਾਂ ਦੀ ਗੱਡੀ ਵਿੱਚ ਤੇਲ ਘੱਟ ਪਾਇਆ ਹੈ, ਜਿਸ ਨੂੰ ਲੈ ਕੇ ਵਰਦੀਧਾਰੀ ਪੁਲਿਸ ਮੁਲਾਜ਼ਮਾਂ ਨੇ ਥੱਪੜਾਂ ਦੀ ਬਰਸਾਤ ਕਰ ਦਿੱਤੀ। ਵੀਡੀਓ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਇੱਕ ਵਰਦੀਧਾਰੀ ਮੁਲਾਜ਼ਮ ਮੇਜਰ ਸਿੰਘ ਅਤੇ ਹੀਰਾ ਸਿੰਘ ਨੇ ਪੰਪ ਦੇ ਕਰਿੰਦੇ ਦੇ ਥੱਪੜ ਮਾਰ ਰਿਹਾ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਵੱਲੋਂ ਦੋਨਾਂ ਮੁਲਾਜ਼ਮਾਂ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ। ਦੂਸਰੇ ਪਾਸੇ ਇਸ ਪੂਰੇ ਮਾਮਲੇ ਨੂੰ ਲੈ ਕੇ ਜਦੋਂ ਐਸਪੀ ਡੀ ਰਣਧੀਰ ਕੁਮਾਰ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਹੈ ਕਿ ਦੋਨੋਂ ਮੁਲਾਜ਼ਮਾਂ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ। ਸਾਹਮਣੇ ਆਈ ਹੈ, ਵਾਇਰਲ ਹੋ ਕੇ ਸਾਹਮਣੇ ਆਈ ਹੈ ਕਿ ਮੁਲਾਜ਼ਮਾਂ ਦੀ ਲੜਾਈ ਹੋ ਰਹੀ ਹੈ, ਉਹ ਕਾਰ ਚ ਬਿਠਾ ਰਹੇ ਹੈਗੇ ਆ, ਇਹਦਾ ਦੀ ਵੀ ਸਾਹਮਣੇ ਆਈ ਹੈ। ਇਹਦਾ ਇੱਕ ਮਸਲਾ ਸਾਹਮਣੇ ਆਇਆ ਹੈਗਾ, ਪੈਟਰੋਲ ਪੰਪ ਨੇੜੇ ਇੱਕ ਲੜਾਈ ਹੋ ਰਹੀ ਹੈ। ਜਿਹੜੇ ਮੁਲਾਜ਼ਮ ਮੇਜਰ ਸਿੰਘ ਅਤੇ ਹੀਰਾ ਸਿੰਘ ਹੈਗੇ, ਉਹਨੂੰ ਤੁਰਿਤ ਐਕਸ਼ਨ ਤੋਂ ਐਸ ਐਸ ਪੀ ਮੈਮ ਦੇ ਨਿਰਦੇਸ਼ ਮੁਤਾਬਕ ਲਾਈਨ ਹਾਜ਼ਰ ਕਰਤਾ ਗਿਆ ਜੀ। ਜਿਹੜੀ ਪ੍ਰੀਲਿਮਨਰੀ ਇਨਕੁਆਇਰੀ ਹੋਈ ਹੈ ਉਸ ਤੋਂ ਇਹ ਨਿਕਲ ਕੇ ਆਇਆ ਹੈ ਕਿ ਇਹ ਲੜਾਈ ਜੋ ਸੀਗੀ ਉਹ ਤੇਲ ਪਵਾਉਣ ਦੀ ਲੜਾਈ ਸੀ। ਮੁਲਾਜ਼ਮ ਉਹਦਾ ਕਹਿਣਾ ਸੀ ਕਿ ਤੇਲ ਨਹੀਂ ਪਵਾਈ ਗਈ ਹੈ ਜਿੰਨੇ ਦੀ ਪਵਾਈ ਸੀ, ਅਤੇ ਪੈਟਰੋਲ ਪੰਪ ਓਨਰ ਦਾ ਕਹਿਣਾ ਸੀ ਪਵਾਈ ਗਈ ਹੈ।